ਅੱਜਕੱਲ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜੋ ਕਿ ਬੰਦੇ ਨੂੰ ਰਾਤੋ ਰਾਤ ਸਟਾਰ ਬਣਾ ਦਿੰਦਾ ਹੈ। ਪਰ ਅੰਮ੍ਰਿਤਸਰ ਦਾ ਇੱਕ ਗੁਰਸਿੱਖ ਨੌਜਵਾਨ ਜੋ ਕਿ ਮਿੱਠੀ ਅਤੇ ਸੁਰੀਲੀ ਆਵਾਜ਼ ਦਾ ਮਾਲਕ ਹੈ ਅਤੇ ਸੋਸ਼ਲ ਮੀਡੀਆ 'ਤੇ ਉਸਦੀ ਮਿੱਠੀ ਆਵਾਜ਼ ਵਿੱਚ ਪਾਠ ਕਰਨ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਪਰ ਫਿਰ ਵੀ ਉਹ ਗਰੀਬੀ ਦੀ ਮਾਰ ਦੇ ਹੇਠਾਂ ਜੀਵਨ ਜਿਉਣ ਲਈ ਮਜਬੂਰ ਹੈ। ਵਾਹਿਗੁਰੂ ਵੱਲੋਂ ਬਖਸ਼ੀ ਮਿੱਠੀ ਆਵਾਜ਼ ਸਦਕਾ ਉਸ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਠ ਅਤੇ ਅਰਦਾਸ ਕਰਨ ਸੰਬੰਧੀ ਕਈ ਵਾਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਪਰ ਕਿਸੇ ਨੇ ਵੀ ਉਸਦੇ ਇਸ ਹੁਨਰ ਦਾ ਮੁੱਲ ਨਹੀਂ ਪਾਇਆ, ਜਿਸ ਦੇ ਚੱਲਦੇ ਉਸਨੇ ਵਿਥਿਆ ਆਪਣੀ ਮੀਡੀਆ ਦੇ ਸਾਹਮਣੇ ਰੱਖੀ ਹੈ। ਉਸਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਜੋ ਕਿ ਸਿੱਖੀ ਬਾਣੀ ਅਤੇ ਬਾਣੀ ਨੂੰ ਪ੍ਰਮੋਟ ਕਰਨ ਲਈ ਬਣੀ ਹੈ, ਪਰ ਉਸਦੇ ਅਧਿਕਾਰੀ ਅਤੇ ਅਹੁਦੇਦਾਰ ਕਿਸੇ ਚੰਗੇ ਹੁਨਰ ਨੂੰ ਮੌਕਾ ਨਹੀਂ ਦਿੰਦੇ। ਜੇਕਰ ਵਾਹਿਗੁਰੂ ਨੇ ਮੈਨੂੰ ਹੁਨਰ 'ਤੇ ਬਖਸ਼ਿਆ ਹੈ ਪਰ ਉਸ ਸਤਿਗੁਰ ਦੇ ਨਾਮ 'ਤੇ ਚੱਲਣ ਵਾਲੀ ਸੰਸਥਾ ਹੀ ਉਸਦਾ ਕੋਈ ਮੁੱਲ ਨਹੀਂ ਪਾ ਰਹੀ, ਜਿਸ ਦੇ ਚੱਲਦੇ ਆਪਣੇ ਘਰ ਦੇ ਹਾਲਾਤਾਂ ਅਤੇ ਭਵਿੱਖ ਨੂੰ ਲੈ ਕੇ ਨੌਜਵਾਨ ਕਾਫ਼ੀ ਚਿੰਤਤ ਹੈ। ਉਹਨਾਂ ਦੱਸਿਆ ਕਿ ਭਾਵੇਂ ਕਿ ਉਸਦੀ ਆਵਾਜ਼ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ ਚੰਗਾ ਮਸ਼ਹੂਰ ਕੀਤਾ ਹੈ ਅਤੇ ਕਈ ਆਫਰਾਂ ਵੀ ਆਈਆਂ ਨੇ, ਕੁਝ ਕੰਪਨੀ ਨੇ ਕੰਟਰੈਕਟ ਕਰਨ ਦੀ ਗੱਲ ਵੀ ਕੀਤੀ ਹੈ, ਪਰ ਸਾਹਿਬ ਮੇਰੀ ਆਵਾਜ਼ ਲਈ ਕੰਟਰੈਕਟ ਕਰਦੇ ਨੇ, ਪਰ ਮੈਂ ਇੱਕ ਪੱਕੇ ਤੌਰ 'ਤੇ ਸੇਵਾ ਨਿਭਾਉਣ ਦੀ ਨੌਕਰੀ ਕਰਨਾ ਚਾਹੁੰਦਾ, ਇਸ ਦੇ ਨਾਲ ਮੇਰਾ ਘਰ ਵੀ ਚੱਲ ਸਕੇ ਅਤੇ ਮੈਂ ਗੁਰੂ ਦੀ ਬਾਣੀ ਦੇ ਨਾਲ ਵੀ ਜੁੜਿਆ ਰਹਾਂ। ਸਭ ਆਪੇ ਸਚਿਆਰ ਨਾ ਜਾਏ ਕੀਤਾ ਨਾ ਹੋਏ ਆਪ ਨਿਰੰਜਨ ਸੋਏ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਈ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ ਪਾ ਲੱਖ ਹੋਗੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੱਚੇ ਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਮੇਰਾ ਨਾਮ ਬਿਕਰਮਜੀਤ ਸਿੰਘ ਹੈ ਜੀ। ਅਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਾਠ ਕਰਦੇ? ਮੈਨੂੰ ਵਾਹਿਗੁਰੂ, ਮੈਂ 2006 ਤੋਂ ਲੈ ਕੇ ਹੁਣ ਤੱਕ ਮਤਲਬ ਮੈਨੂੰ ਕਾਫੀ ਕਹਿ ਲਓ ਵੀ 16-17 ਸਾਲ ਹੋ ਗਏ ਨੇ। ਗੁਰੂ ਦਾ ਤੁਸੀਂ ਪਾਠ ਕਰਦੇ ਹੋ, ਇੰਨੀ ਮਿੱਠੀ ਤੁਹਾਡੀ ਆਵਾਜ਼ ਆ, ਫਿਰ ਵੀ ਘਰ 'ਚ ਗਰੀਬੀ ਕਿਉਂ ਨਹੀਂ ਗਈ, ਹਾਲਾਤ ਅੱਜ ਵੀ ਜਿਹੜੇ ਆ ਮਾੜੇ ਕਿਉਂ? ਵਾਹਿਗੁਰੂ, ਮੈਂ ਨਾ ਦੇਖੋ ਜੇ ਮਤਲਬ ਕਹਿ ਲਓ ਵੀ ਇੱਕ ਗਰੀਬ ਫੈਮਿਲੀ ਦੇ ਵਿੱਚੋਂ ਆ, ਹੈ ਨਾ। ਅਤੇ 2006 ਦੀ ਗੱਲ ਆ ਜਦੋਂ ਮੇਰੇ ਮਤਲਬ ਮਾਤਾ ਪਿਤਾ ਦਾ ਡਿਵੋਰਸ ਹੋ ਜਾਂਦਾ ਵਾ, ਹੈ ਨਾ, ਸਾਰਾ ਕੁਝ ਪਰਿਵਾਰ ਸਾਡਾ ਖਿਲਰ ਜਾਂਦਾ ਵਾ। 2014 ਦੇ ਵਿੱਚ 2006 ਤੋਂ ਲੈ ਕੇ ਮੈਂ ਫਿਰ ਟਕਸਾਲ ਦੇ ਵਿੱਚ ਰਹਿੰਦਾ ਵਾਂ, ਬਾਬਾ ਜੀ ਕੋਲ ਸੰਥਿਆ ਕਰਦਾ ਵਾਂ। 14 ਦੇ ਵਿੱਚੋਂ ਮੈਂ ਉੱਥੋਂ ਮਤਲਬ ਆ ਜਾਂਦਾ ਵਾਂ, ਹੈ ਨਾ। 14 ਦੇ ਵਿੱਚੋਂ ਆਣ ਕੇ ਫਿਰ ਮੈਂ ਮਤਲਬ ਆਪਣੀ ਕੁਛ ਟਾਈਮ ਭੂਆ ਜੀ ਕੋਲ ਰਹਿੰਦਾ ਵਾਂ, ਹੈ ਨਾ। ਮੈਨੂੰ ਆਪਣਾ ਘਰ ਨਹੀਂ ਮਤਲਬ ਪਤਾ ਹੁੰਦਾ, ਘਰ ਨਹੀਂ ਮਤਲਬ ਮੈਨੂੰ ਪਤਾ ਹੁੰਦਾ। ਫਿਰ ਮੈਨੂੰ ਪਤਾ ਲੱਗਦਾ ਵਾ ਵੀ ਮੇਰੇ ਨਾਨਕੇ ਇੱਥੇ ਹੁੰਦੇ ਆ, ਮੈਂ ਆਪਣੇ ਨਾਨਕੇ ਜਾਂਦਾ ਵਾਂ, ਉੱਥੋਂ ਆਪਣੇ ਮਾਤਾ ਜੀ ਮੇਰੇ ਉੱਥੇ ਹੁੰਦੇ ਆ, ਮੈਂ ਮਾਤਾ ਜੀ ਨੂੰ ਮਤਲਬ ਲੈ ਕੇ ਅਸੀਂ ਅੰਮ੍ਰਿਤਸਰ ਸਾਹਿਬ ਆ ਜਾਂਦੇ ਹਾਂ। ਅੰਮ੍ਰਿਤਸਰ ਅਸੀਂ ਮਤਲਬ ਪਹਿਲਾਂ ਕਿਰਾਏ 'ਤੇ ਰਹਿੰਦੇ ਹੁੰਦੇ ਸੀ, ਕਿਰਾਏ 'ਤੇ ਰਹਿ ਕੇ ਅਤੇ ਮੇਰੇ ਮਾਤਾ ਜੀ ਕੰਮ ਕਰਦੇ ਸੀ ਫੈਕਟਰੀ ਦੇ ਵਿੱਚ, ਹੈ ਨਾ। ਅਤੇ ਮੈਂ ਸਿਰਫ ਇੱਕ ਪਾਠ ਕਰ ਸਕਦਾ ਸੀ, ਮੈਂ ਪਾਠ ਕਰਨੇ, ਮੈਂ ਕਾਫੀ ਚਿਰ ਮਤਲਬ ਪਾਠ ਕੀਤਾ, 5-6 ਮਹੀਨੇ, ਅਤੇ ਮਨ ਜਿਹਾ ਨਾ ਮਤਲਬ ਉਦਾਸ ਹੋ ਗਿਆ ਸੀ ਇਸ ਚੀਜ਼ ਤੋਂ ਵੀ ਸਾਰੀ ਰਾਤ ਜਾਗਣਾ ਪੈਂਦਾ ਸੀ, ਹੈ ਨਾ। ਅਤੇ 500 ਰੁਪਇਆ ਦੂਜੇ ਦਿਨ ਮਤਲਬ ਮਿਲਦਾ ਹੁੰਦਾ ਜੀ, ਤੀਸਰੇ ਦਿਨ ਵਾ ਜਾ ਕੇ, ਹੈ ਨਾ। ਫਿਰ ਮੇਰੇ ਮਾਤਾ ਜੀ ਕਹਿੰਦੇ ਵੀ ਤੂੰ ਹੋਰ ਕੋਈ ਕੰਮ ਸਿੱਖ ਲਾ, ਹੈ ਨਾ, ਵੀ ਜ਼ਰੂਰੀ ਨਹੀਂ ਵੀ ਮਤਲਬ ਆਪਾਂ ਪਾਠ ਹੀ ਕਰਨੇ ਆ, ਹੈ ਨਾ। ਅਤੇ ਚਲੋ ਮੈਂ ਮਤਲਬ ਮੇਰੇ ਕੋਈ ਯਾਰ ਦੋਸਤ ਦਾ ਫੋਨ ਆਉਂਦਾ ਵਾ, ਉਹ ਮੈਨੂੰ ਕਹਿੰਦਾ ਵੀ ਤੁਸੀਂ ਬੰਬੇ ਚਲ ਜਾਓ ਮਸ਼ੀਨ ਸਿੱਖਣ ਵਾਸਤੇ, ਹੈ ਨਾ, ਉਹ ਕੰਮ ਮਤਲਬ ਤੁਸੀਂ ਸਿੱਖ ਲਓ। ਉਹ ਕੰਮ ਜਿੱਦਾਂ ਮਤਲਬ ਮੈਂ ਸਿੱਖਣ ਵਾਸਤੇ ਜਾਂਦਾ ਵਾਂ, ਕਾਫੀ ਸਮਾਂ ਮੈਂ 6-7 ਮਹੀਨੇ ਉੱਥੇ ਵੀ ਲਾਉਂਦਾ ਵਾਂ, ਹੈ ਨਾ।
ਅਤੇ ਮਨ ਦੇ ਵਿੱਚ ਇੱਕ ਬੜਾ ਮਤਲਬ ਰੋਸ ਹੁੰਦਾ ਸੀ, ਮਨ ਬੜਾ ਉਦਾਸ ਸੀ ਇਸ ਚੀਜ਼ ਨੂੰ ਵੀ ਸਾਡੇ ਕੋਲ ਮਤਲਬ ਅਸੀਂ ਉੱਥੇ ਵੀ ਇੰਨਾ ਸਮਾਂ ਲਾਇਆ, ਸਾਰੀ ਜ਼ਿੰਦਗੀ ਮਤਲਬ ਉੱਥੇ ਲਾਈ 6 ਤੋਂ ਲੈ ਕੇ 14 ਤੱਕ ਹੈ ਨਾ, ਅਤੇ ਇੱਥੇ ਵੀ ਹੁਣ ਮਤਲਬ ਇਹਨਾਂ ਦੀਆਂ ਰੋਟੀਆਂ ਬਣਾਉਣੀਆਂ, ਕੱਪੜੇ ਧੋਣੇ, ਮਸ਼ੀਨ ਨੂੰ ਕੱਪੜਾ ਮਾਰਨਾ ਹੈ ਨਾ, ਫਿਰ ਪਤਾ ਨਹੀਂ ਕਦੋਂ ਆਊਗੀ, ਕਦੋਂ ਨਹੀਂ ਆਊਗੀ, ਕਦੋਂ ਅਸੀਂ ਘਰ ਖਰਚਾ ਭੇਜਾਂਗੇ ਹੈ ਨਾ, ਕਿਉਂਕਿ ਮੇਰੇ ਮਾਤਾ ਜੀ ਸੀ ਉਹਦਾ ਪਿਤਾ ਜੀ ਵੀ ਹੈਗੇ, ਪਰ ਉਹਨਾਂ ਨੂੰ ਮੈਂ ਖਰਚਾ ਖੁਰਚਾ ਜਿੱਦਾਂ ਮਤਲਬ ਦਿੰਦਾ ਵਾਂ ਉਹ ਅਲੱਗ ਰਹਿੰਦੇ ਨੇ ਹੈ ਨਾ, ਅਤੇ ਮੈਂ ਮਤਲਬ ਉੱਥੇ ਕਾਫੀ ਥੋੜ੍ਹਾ ਚਿਰ ਰਹਿੰਦਾ ਵਾਂ, ਫਿਰ ਮੇਰੀ ਵੀਡੀਓ ਵਾਇਰਲ ਹੁੰਦੀ ਹੈ ਹੈ ਨਾ, ਫਿਰ ਇੱਕ ਕੰਪਨੀ ਮੈਨੂੰ ਮਤਲਬ ਜਿੱਦਾਂ ਲੈ ਜਾਂਦੀ ਆ ਹੈ ਨਾ ਉਹਨਾਂ ਨਾਲ, ਚਲੋ ਕਿਉਂਕਿ ਮੈਨੂੰ ਇਹ ਕੋਈ ਵੀ ਹੈ ਨਾ ਜਿੱਦਾਂ ਕੋਈ ਭੁੱਖਾ ਹੋਊਗਾ ਅਤੇ ਉਹਨੂੰ ਕਿਤੋਂ ਵੀ ਰੋਟੀ ਮਿਲ ਗਈ ਉਹਨੇ ਜਾਣਾ ਹੀ ਜਾਣਾ ਹੈ ਨਾ, ਅਤੇ ਮੈਨੂੰ ਉਹਨਾਂ ਨਾਲ ਚਲੋ ਉਸ ਕੰਪਨੀ ਵਾਲਿਆਂ ਨਾਲ ਹੋ ਜਾਂਦਾ ਵਾ ਵੀ ਅਸੀਂ ਤੁਹਾਨੂੰ ਕਨੇਡਾ ਭੇਜ ਦਿੰਦੇ ਹਾਂ ਹੈ ਨਾ, ਚਲੋ ਉਹਨਾਂ ਨਾਲ ਮੇਰਾ ਜਿਹੜਾ ਇਹ ਲੁਧਿਆਣੇ ਦੇ ਆ ਵੀਰ, ਚਲੋ ਅਤੇ ਉਹਨਾਂ ਨਾਲ ਚਲੋ ਮੇਰੀ ਗੱਲਬਾਤ ਹੋ ਜਾਂਦੀ ਆ, ਫਿਰ ਅਸੀਂ ਮਤਲਬ ਕੋਈ ਸੈਨ ਸੁਣ ਹੋ ਜਾਂਦੇ ਨੇ ਹੈ ਨਾ, ਪੁੱਛਿਆ ਜਾਂਦਾ ਇਹ ਕਾਹਦੇ ਪੇਪਰ ਨੇ, ਪੁੱਛਿਆ ਕਿਹਾ ਜਾਂਦਾ ਵਾ ਵੀ ਇਹ ਵੀਰ ਜੀ ਕਨੇਡਾ ਦੀ ਫਾਈਲ ਦੇ ਪੇਪਰ ਨੇ, ਤੁਹਾਡੀ ਆਵਾਜ਼ ਨਹੀਂ ਪਿਆਰੀ ਹੈ। ਮੈਨੂੰ ਪਹਿਲਾਂ ਨਹੀਂ ਸੀ ਇਸ ਚੀਜ਼ ਨੂੰ ਪਤਾ, ਖੁਦ ਨੂੰ ਮੈਨੂੰ ਆਪ ਨੂੰ ਨਹੀਂ ਸੀ ਪਤਾ ਇਹ ਚੀਜ਼ ਵੀ ਮਤਲਬ ਮੈਨੂੰ ਮੇਰੇ 'ਚ ਇੰਨਾ ਗੁਣ ਹੈਗਾ ਵਾ, ਫਿਰ ਮੈਂ ਉਹ ਮਤਲਬ ਕੰਮ ਛੱਡ ਕੇ ਆ ਜਾਂਦਾ ਕਿਉਂਕਿ ਮੈਨੂੰ ਲੱਗਦਾ ਨਹੀਂ ਮਤਲਬ ਕੰਮ ਉੱਥੇ ਮੇਰਾ ਹੋਣ ਦਿਆ ਵਾ ਹੈ ਨਾ, ਫਿਰ ਮੈਂ ਕਾਫੀ ਸਮਾਂ ਇਸ ਘਰ ਦੇ ਵਿੱਚ ਮਤਲਬ ਰਹਿੰਦਾ ਵਾਂ, ਮੇਰੇ ਮਾਤਾ ਜੀ ਅਸੀਂ ਕਾਫੀ ਸਮਾਂ ਮੈਂ ਸਿਰਫ ਉਸ ਪਰਮਾਤਮਾ 'ਤੇ ਭਰੋਸੇ ਵੀ ਸਤਿਗੁਰੂ ਕੋਈ ਨਹੀਂ ਇੱਕ ਨਾ ਇੱਕ ਦਿਨ ਐਸਾ ਜ਼ਰੂਰ ਆਊਗਾ, ਕਿਉਂਕਿ ਕਦੀ ਕਿਸੇ ਨੇ ਨਾ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਨਾ ਵੀ ਤੁਸੀਂ ਵੀਰ ਜੀ ਕਿੱਥੇ ਰਹਿੰਦੇ ਹੋ, ਨਾ ਕਿਸੇ ਨੂੰ ਦੱਸਣ ਨੂੰ ਹੀ ਜੀ ਕਰਦਾ ਸੀ ਵੀ ਆਹ ਸਾਡਾ ਘਰ ਆ, ਆਹ ਸਾਡੇ ਹਾਲਾਤ ਨੇ। ਮੈਂ ਕਾਫੀ ਮੈਂ ਮਤਲਬ ਦਰਬਾਰ ਸਾਹਿਬ ਵੀ ਗਿਆ, ਉੱਥੇ ਜਾ ਕੇ ਵੀ ਮੈਂ ਗੱਲਬਾਤ ਕੀਤੀ, ਮੈਂ ਵੀਰ ਜੀ ਉਹ ਸਿੰਘ ਆ, ਮੈਨੂੰ ਡਿਊਟੀ ਕਿਤੇ ਦਿਓ, ਕਾਫੀ ਜਣਿਆਂ ਨੂੰ ਮੈਂ ਫੋਨ ਵੀ ਲਾਏ, ਮੈਂ ਕਿਹਾ ਆ ਮੈਂ ਵੀਰ ਆ ਹੈ ਨਾ। ਕੋਈ ਐਸ ਬੰਚ ਐਜੀਬੀਸੀ ਇਹ ਕਿਸੇ ਪ੍ਰਧਾਨ ਨੂੰ ਜਾਂ ਕਿਸੇ ਜਥੇਦਾਰ ਨੂੰ ਮਿਲੇ ਸੀ? ਮੈਂ ਗਿਆਨੀ ਜਗਤਾਰ ਸਿੰਘ ਜੀ ਨੂੰ ਮਿਲਿਆ ਸੀਗਾ ਅਤੇ ਨੰਬਰ ਚਲੋ ਦੇ ਦਿੰਦੇ ਹੁੰਦੇ ਸੀਗੇ ਪਰ ਫੋਨ ਨਹੀਂ ਸੀ ਮਤਲਬ ਚੁੱਕਦਾ ਹੁੰਦਾ ਕੋਈ। ਮੈਂ ਕਈਆਂ ਨੂੰ ਫੋਨ ਕਰਨਾ ਵੀਰ ਜੀ ਮਤਲਬ ਮੇਰੀ ਹੈਲਪ ਕਰੋ ਹੈ ਨਾ, ਅਤੇ ਦੱਸਿਆ ਆਪਣੀ ਵੀ ਮੇਰੀ ਐਡੀ ਪਿਆਰੀ ਆਵਾਜ਼ ਆ, ਮੈਂ ਐਡਾ ਸੋਹਣਾ ਪਾਠ ਕਰਦਾ, ਮੈਨੂੰ ਐਜੀਬੀਸੀ ਜਗ੍ਹਾ ਦੀ ਮੈਂ ਪਾਠ ਕਰਨ ਵਾਸਤੇ। ਮੈਂ ਉਹਨਾਂ ਨੂੰ ਨਾ ਇੱਕ ਦੀਵਾਨ 'ਤੇ ਮਿਲਿਆ ਸੀਗਾ ਭਾਈ ਜਗਤਾਰ ਸਿੰਘ ਨੂੰ, ਉੱਥੇ ਮੈਂ ਉਹਨਾਂ ਨੂੰ ਆਖਿਆ ਸੀ ਵੀ ਮੇਰੀ ਗੱਲਬਾਤ ਕਰਿਓ ਹੈ ਨਾ, ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੁਸੀਂ ਆ ਜਿਓ, ਉਹਨਾਂ ਨੇ ਮੈਨੂੰ ਨੰਬਰ ਦਿੱਤਾ ਸੀਗਾ ਆਪਣਾ ਹੈ ਨਾ, ਫਿਰ ਮੈਂ ਕੁਝ ਸਮਾਂ ਫੋਨ ਕਰਦਾ ਰਿਹਾ, ਚਲੋ ਬਿਜ਼ੀ ਹੋਣ ਕਰਕੇ ਨਹੀਂ ਫੋਨ ਕਈ ਵਾਰੀ ਬੰਦਾ ਚੁੱਕਦਾ ਹੈ ਨਾ, ਕਾਫੀ ਦਿਨ ਮੈਂ ਮਤਲਬ ਫੋਨ ਕਰਦਾ ਰਿਹਾ ਪਰ ਵੀਰ ਜੀ ਜਿੰਨਾ ਚਿਰ ਕੋਈ ਮਤਲਬ ਪਿੱਛੇ ਸਹਾਰਾ ਨਾ ਹੋਵੇ ਉਨਾ ਚਿਰ ਕੋਈ ਨਹੀਂ ਮਤਲਬ ਕਿਸੇ ਦੀ ਬਾਂਹ ਫੜਦਾ ਹੈ ਨਾ। ਚਲੋ ਮੈਂ ਮਨ ਦੇ ਵਿੱਚ ਇੱਕ ਸੋਚ ਲਿਆ ਵੀ ਜਿੱਦਾਂ ਮਤਲਬ ਇੱਦਾਂ ਹੀ ਰਹਿਣਾ ਵਾ ਹੈ ਨਾ, ਚਲੋ ਹੁਣ ਆ ਕੇ ਕਿਤੇ 2021 ਦੇ ਵਿੱਚ ਜਿਹੜਾ ਵਾ ਮੈਂ ਮਤਲਬ ਬੋਲਦਾ ਵਾਂ ਉਸ ਚੀਜ਼ ਦੇ ਹੱਕ ਦੇ ਵਿੱਚ ਵੀ ਇੱਦਾਂ ਮਤਲਬ ਆਹ ਮੇਰਾ ਘਰ ਆ, ਆਹ ਮੇਰਾ ਮਤਲਬ ਇੱਦਾਂ ਦੇ ਮੇਰੇ ਹਾਲਾਤ ਆ, ਫਿਰ ਚਲੋ ਇੱਕ ਮੇਰੀ ਸੁਰਖਾਬ ਟੀਵੀ ਚੈਨਲ 'ਤੇ ਮੇਰੀ ਵੀਡੀਓ ਚੱਲਦੀ ਆ ਹੈ ਨਾ, ਅਤੇ ਉਸ ਤੋਂ ਬਾਅਦ ਆ ਫਿਰ ਜਿੱਦਾਂ ਮਤਲਬ ਕਾਫੀ ਸੰਗਤਾਂ ਨੂੰ ਪਤਾ ਲੱਗਦਾ ਵਾ ਵੀ ਉਹੀ ਵੀਰ ਆ ਜਿਹਦਾ ਮਤਲਬ ਅਸੀਂ ਪਾਠ ਸੁਣਦੇ ਹਾਂ ਹੈ ਨਾ, ਕਾਫੀ ਚਲੋ ਸੰਗਤਾਂ ਦੇ ਮੈਨੂੰ ਫੋਨ ਵੀ ਆਉਂਦੇ ਆ ਹੈ ਨਾ। ਪਰ ਕਿਤੇ ਕਿਤੇ ਦੁੱਖ ਨਹੀਂ ਲੱਗਦਾ ਵੀ ਐਜੀਬੀਸੀ ਸਮਰੋਹ ਸੰਸਥਾ ਵਾ ਸਿੱਖਾਂ ਦੀ ਆ, ਤੁਸੀਂ ਗੁਰੂ ਦੇ ਬਾਣੇ ਜੇ, ਗੁਰੂ ਦੇ ਸਿੱਖ ਜੇ, ਅਤੇ ਸਿੱਖੀ ਨੂੰ ਲੈ ਕੇ ਜਿਹੜਾ ਬੋਲਦੇ ਜੇ, ਅਤੇ ਵੱਧ ਤੋਂ ਵੱਧ ਬੀਬੀ ਜੀ ਨੂੰ ਚਾਹੀਦਾ ਜਾਂ ਪ੍ਰਧਾਨ ਨੂੰ ਚਾਹੀਦਾ ਵੀ ਇਸ ਨੂੰ ਲੈ ਕੇ ਜਿਹੜਾ ਵਾ ਤੁਹਾਨੂੰ ਉਤਸ਼ਾਹਿਤ ਕਰੇ, ਕਿਉਂਕਿ ਨੌਜਵਾਨ ਜਿੱਥੇ ਕਿ ਸਿੱਖੀ ਤੋਂ ਦੂਰ ਹੁੰਦੇ ਜ਼ਿਆਦੇ, ਤੁਸੀਂ ਸਿੱਖੀ ਦੇ ਨੇੜੇ ਜੇ, ਕੀ ਕਰੀਏ ਵਾਹਿਗੁਰੂ। ਵੇਖੋ ਜਿੱਦਾਂ ਕਹਿ ਲਓ ਵੀ ਵੱਡਾ ਕੋਈ ਵੀ ਹੈ ਨਾ ਵੀਰ ਕਿਸੇ ਨੂੰ ਮਿਲਣ ਜਾਣਾ ਹੋਵੇ ਅਤੇ ਪਹਿਲੋਂ ਥੱਲੇ ਪੀਏ ਨੂੰ ਮਿਲਣਾ ਪੈਂਦਾ ਵਾ, ਉਹ ਵੀ ਪਤਾ ਨਹੀਂ ਗੱਲ ਕਰਾਵੇ ਨਾ ਕਰਾਵੇ ਹੈ ਨਾ, ਅਤੇ ਚਲੋ ਅਸੀਂ ਮਤਲਬ ਮੈਂ ਗਿਆ ਕੋਸ਼ਿਸ਼ ਚਲੋ ਅਸੀਂ ਕਰਦੇ ਰਹੇ ਹਾਂ ਹੈ ਨਾ, ਚਲੋ ਇੱਕ ਵਾਰੀ ਬੇਨਤੀ ਕੀਤੀ ਸੀਗੀ ਹੈ ਨਾ, ਅਤੇ ਚਲੋ ਉਹ ਉਹਨਾਂ 'ਤੇ ਅਜੇ ਉਹਨਾਂ ਕੋਲ ਵੀਡੀਓ ਅਗਰ ਮੇਰੀ ਜਾਂਦੀ ਆ ਤਾਂ ਉਹ ਜ਼ਰੂਰ ਮੇਰੀ ਹੈਲਪ ਕਰਨਗੇ ਹੈ ਨਾ। ਚਲੋ ਮੈਨੂੰ ਮਤਲਬ ਹੈ ਵਾ ਵੀ ਇੱਕ ਮੈਨੂੰ ਸ਼ੌਂਕ ਵੀ ਹੈ ਇਸ ਚੀਜ਼ ਦਾ। ਕੀ ਮੰਗ ਕਰਦੇ ਹੋ ਆਪ ਅਤੇ ਕੀ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ? ਸਿਰਫ ਇਹੋ ਹੀ ਆ ਵਾਹਿਗੁਰੂ ਚਲੋ ਇੱਕ ਰੋਜ਼ਗਾਰ ਲੱਗ ਜੇ, ਮੈਨੂੰ ਇਹ ਸੀ ਵੀ ਮਤਲਬ ਚਲੋ ਮੈਨੂੰ ਇੱਕ ਵਧੀਆ ਚੰਗੀ ਸਟੇਜ ਮਿਲ ਜੇ ਹੈ ਨਾ, ਅਤੇ ਮੈਂ ਮਤਲਬ ਚੰਗੀ ਸਟੇਜ 'ਤੇ ਜਿੱਥੋਂ ਮੈਨੂੰ ਸੰਗਤ ਮਤਲਬ ਸੁਣ ਸਕੇ, ਕਾਫੀ ਮਤਲਬ ਸੰਗਤਾਂ ਨੂੰ ਮੈਂ ਉੱਥੇ ਡੇਲੀ ਦਰਬਾਰ ਸਾਹਿਬ ਜਾਂਦਾ ਵਾਂ, ਉੱਥੇ ਅਰਦਾਸ ਜਿਹੜੀ ਹੁੰਦੀ ਆ ਮੈਂ ਅਰਦਾਸ ਮਤਲਬ ਬਹੁਤ ਸੋਹਣੀ ਮਤਲਬ ਕਰਦਾ ਵਾਂ, ਮੈਂ ਇਹ ਚੀਜ਼ ਚਾਹੁੰਦਾ ਵਾਂ ਵੀ ਮੇਰੀ ਇੱਕ ਵਾਰੀ ਜਿੱਦਾਂ ਟਰਾਈ ਕੀਤੀ ਜਾਵੇ, ਟਰਾਈ ਲਈ ਜਾਵੇ, ਜੇ ਅਗਰ ਮਤਲਬ ਮੈਂ ਫੇਲ ਹੁੰਦਾ ਵਾਂ ਤਾਂ ਮੈਨੂੰ ਬੇਸ਼ੱਕ ਨਾ ਕੀਤੀ ਜਾਵੇ ਪਰ ਮੈਨੂੰ ਇੱਕ ਵਾਰੀ ਜ਼ਰੂਰ ਉੱਥੇ ਸੁਣਿਆ ਜਾਵੇ ਵੀ ਮਤਲਬ ਵੀ ਜੇ ਹੈਗਾ ਕਲਾ ਤਾਂ ਮਤਲਬ ਮੈਨੂੰ ਉੱਥੇ ਲਾਇਆ ਜਾਵੇ ਜੀ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।